ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਵਿਕਾਸ ਕਾਰਜਾਂ ਦੀ ਚੜੀ ਲਗਾਉਂਦੇ ਹੋਏ ਆਤਮ ਨਗਰ ਹਲਕੇ 'ਚ ਵੱਖ ਵੱਖ ਸੜਕਾਂ ਅਤੇ ਛੋਟੇ ਪੁਲਾਂ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ, ਜਿਨ੍ਹਾਂ ਉੱਤੇ ਤਕਰੀਬਨ 8 ਕਰੋੜ 32 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਤੇ ਉਹਨਾਂ ਦੇ ਨਾਲ ਮੇਅਰ ਬਲਕਾਰ ਸਿੰਘ ਸੰਧੂ ਵੀ ਮੌਜੂਦ ਸਨ। ਜਿਹੜਾ ਇਹ 10 ਸਾਲ ਤੋਂ ਪਿਛੜਿਆ ਪਿਆ, ਇੱਥੇ ਕੋਈ ਕੰਮ ਨਹੀਂ ਹੋਇਆ 10 ਸਾਲ ਤੋਂ, ਬਿਲਕੁਲ ਵਿਕਾਸ ਠੱਪ ਹੋਇਆ ਪਿਆ। ਅਤੇ ਅੱਜ ਸ਼ੁਰੂਆਤ ਮੇਅਰ ਸਾਹਿਬ ਨੇ ਕੜਵਲ ਸਾਹਿਬ ਦੇ ਆਤਮ ਨਗਰ 'ਚ ਅਤੇ ਗੋਪੀ ਦੇ ਜਿਹੜਾ ਵਾਰਡ ਦੇ ਵਿੱਚ ਸ਼ੁਰੂਆਤ ਕੀਤੀ। ਅੱਜ 7 ਕਰੋੜ ਤੋਂ ਉੱਤੇ ਦੇ ਜਿਹੜੇ ਉਦਘਾਟਨ ਅੱਜ ਸ਼ੁਰੂ ਹੋਣੇ ਆ, ਅਤੇ ਇਹ ਹਰ ਹਫ਼ਤੇ ਅਸੀਂ ਹਰ ਹਫ਼ਤੇ ਉਦਘਾਟਨ ਕਰਾਂਗੇ, ਅਤੇ 1 ਸਾਲ ਦੇ ਵਿੱਚ ਬਾਕੀ ਹਲਕਿਆਂ ਦੇ ਬਰਾਬਰ ਆਤਮ ਨਗਰ ਅਤੇ ਸਾਊਥ ਨੂੰ ਖੜਾ ਕਰਾਂਗੇ। ਆਤਮ ਨਗਰ ਫਿਰ ਵੀ ਠੀਕ ਆ, ਪਰ ਸਾਊਥ ਜਿਹੜਾ ਉਹ ਇਦੋਂ ਵੀ ਪਿਛੜਿਆ ਹੋਇਆ ਹਲਕਾ, ਜਿੱਥੇ ਜ਼ਿਆਦਾ ਜ਼ੋਰ ਦੇਣਾ ਹੈ। ਇਸ ਵਾਰ ਇਸ ਹਲਕੇ ਨੇ ਕਾਂਗਰਸ ਪਾਰਟੀ ਨੂੰ ਕੌਂਸਲਰਾਂ ਦੀ ਇਲੈਕਸ਼ਨ ਦੇ ਵਿੱਚ ਜਿਹੜੀ ਹੋਈ ਆ, ਅਸੀਂ 10,000 ਤੋਂ ਉੱਤੇ ਦੀ ਲੀਡ ਆ ਜਿਹੜੀ ਇਹ ਹਲਕੇ 'ਚੋਂ ਕਾਂਗਰਸ ਪਾਰਟੀ ਨੇ ਲਈ ਆ। ਲੁਧਿਆਣਾ ਤੋਂ ਯੋਗੇਸ਼ ਕਪੂਰ ਦੇ ਨਾਲ ਕੁਲਦੀਪ ਡੁਗਰੀ ਦੀ ਰਿਪੋਰਟ, ਚੈਨਲ 2।